चार पांच कूरकाने मेरे साले आ जिन्ना धोखियां दी करी है दुकानी ओ थालियां चखा के जेड़े शेद करके चित करे छाती च पत्तल भरदा जेड़े कदे सोणिए बरेटा भी नहीं टप्पे अज मेरे ही रिलेशनां नूं यूज करदे ਜਿਹੜੇ ਕਦੇ ਸੋਹਣੀਏ ਬਰੇਟਾ ਵੀ ਨਹੀਂ ਟੱਪੇ ਅੱਜ ਮੇਰਿਆਂ ਰਿਲੇਸ਼ਨਾਂ ਨੂੰ ਯੂਜ਼ ਕਰਦੇ ਬਰੇਟਾ ਟੱਪੇ ਨਹੀਂ ਪੁੱਤ ਪਰ ਟਪਾਏ ਬਹੁਤਾ ਅਤੇ ਟੱਪਣ ਤੋਂ ਬਾਅਦ ਆਪਣੀ ਔਕਾਤ ਭੁੱਲ ਜਾਂਦੇ ਆ ਦੋਸਤੋ ਕੁਝ ਇਸ ਤਰ੍ਹਾਂ ਦੀ ਕੌਂਟਰੋਵਰਸੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਦੋਸਤੋ ਇਸੇ ਕੌਂਟਰੋਵਰਸੀ ਦੀ ਗੱਲ ਇਸ ਵੀਡੀਓ ਦੇ ਵਿੱਚ ਅੱਗੇ ਕਰਦੇ ਹਾਂ ਅਤੇ ਕਿਸ ਤਰ੍ਹਾਂ ਇਹ ਮਾਹੌਲ ਭਖਿਆ ਹੋਇਆ ਹੈ ਆਖਰ ਇਸ ਮਾਮਲੇ ਦੇ ਵਿੱਚ ਹੋਰ ਨਵਾਂ ਕੀ ਮੋੜ ਆਇਆ ਹੈ ਦੋਸਤੋ ਆਰਨੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਸਿਤਾਰਾ ਜੋ ਕਿ ਠੋਕਰਾਂ ਖਾ ਖਾ ਕੇ ਆਖਰ ਇੱਕ ਸਫਲ ਕਲਾਕਾਰ ਬਣ ਹੀ ਗਿਆ ਅਤੇ ਦੋਸਤੋ ਕਹਿੰਦੇ ਹਨ ਕਿ ਆਰਨੇਤ ਦੀ ਕਾਮਯਾਬੀ ਦੇ ਪਿੱਛੇ ਜਿੱਥੇ ਕਿ ਪਰਮਾਤਮਾ ਦਾ ਬਹੁਤ ਵੱਡਾ ਹੱਥ ਹੈ ਉਸ ਦੇ ਸਿਰ 'ਤੇ ਉੱਥੇ ਹੀ ਦੂਸਰੇ ਪਾਸੇ ਉਸ ਦੇ ਯਾਰਾਂ ਦੋਸਤਾਂ ਦਾ ਵੀ ਹਮੇਸ਼ਾ ਹੀ ਆਰਨੇਤ ਨੂੰ ਸਾਥ ਰਿਹਾ ਹੈ ਅਤੇ ਦੋਸਤੋ ਇਹ ਗੱਲਾਂ ਅਸੀਂ ਨਹੀਂ ਆਖ ਰਹੇ ਦੋਸਤੋ ਇਹ ਗੱਲਾਂ ਖੁਦ ਆਰਨੇਤ ਆਪਣੇ ਕਈ ਇੰਟਰਵਿਊਜ਼ ਅਤੇ ਕਈ ਲਾਈਵ ਸ਼ੋਅਜ਼ ਦੇ ਵਿੱਚ ਆਖ ਚੁੱਕਿਆ ਹੈ ਪਰ ਦੋਸਤੋ ਹਰ ਇੱਕ ਰਿਸ਼ਤਾ ਹਮੇਸ਼ਾ ਉਹੋ ਜਿਹਾ ਨਹੀਂ ਰਹਿੰਦਾ ਜਿਹਾ ਜਿਹਾ ਕਿ ਆਪਾਂ ਸੋਚਦੇ ਹਾਂ ਬਾਪ ਅਤੇ ਪੁੱਤ ਦੇ ਵਿੱਚ ਭਾਈ ਅਤੇ ਭਾਈ ਦੇ ਵਿੱਚ ਕਈ ਵਾਰ ਤਕਰਾਰ ਆ ਜਾਂਦੀ ਹੈ ਅਤੇ ਦੋਸਤੋ ਕਈ ਵਾਰ ਸਗੇ ਭਰਾਵਾਂ ਦੇ ਵਿੱਚ ਵੀ ਵਿਹੜਿਆਂ ਦੇ ਵਿੱਚ ਕੰਧਾਂ ਨਿਕਲ ਜਾਂਦੀਆਂ ਹਨ ਫਿਰ ਦੋਸਤੋ ਯਾਰੀ ਦੋਸਤੀ ਤਾਂ ਬਹੁਤ ਛੋਟੀ ਚੀਜ਼ ਹੈ ਅਤੇ ਦੋਸਤੋ ਇਹਨਾਂ ਦੇ ਵਿੱਚ ਵੀ ਕਈ ਵਾਰ ਦਰਾਰ ਆ ਜਾਂਦੀ ਹੈ ਅਤੇ ਦੋਸਤੋ ਐਸੀ ਹੀ ਦਰਾਰ ਆਰਨੇਤ ਅਤੇ ਉਸ ਦੇ ਯਾਰਾਂ ਦੋਸਤਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਆ ਗਈ ਸੀ ਅਤੇ ਦੋਸਤੋ ਕਿਸ ਗੱਲ ਨੂੰ ਲੈ ਕੇ ਇਹਨਾਂ ਦੀ ਯਾਰੀ ਦੇ ਵਿੱਚ ਫਿੱਕ ਪੈ ਗਿਆ ਦੋਸਤੋ ਇਹ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਦੋਸਤੋ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿ ਇਹ ਸਾਫ ਸਾਫ ਨਹੀਂ ਕਰਿਆ ਗਿਆ ਕਿ ਆਖਰ ਇਹਨਾਂ ਦੀ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਅਤੇ ਆਖਰ ਇੱਥੋਂ ਤੱਕ ਮਾਮਲਾ ਕਿਵੇਂ ਪਹੁੰਚ ਗਿਆ ਪਰ ਦੋਸਤੋ ਇੱਕ ਛੋਟੀ ਜਿਹੀ ਕੋਸ਼ਿਸ਼ ਕਰੀਏ ਕਿ ਇਸ ਵੀਡੀਓ ਦੇ ਵਿੱਚ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਸ ਤਰ੍ਹਾਂ ਇਹਨਾਂ ਦੀ ਲੜਾਈ ਹੋਈ ਅਤੇ ਦੋਸਤੋ ਅੱਜ ਦਾ ਜੋ ਮਾਹੌਲ ਹੈ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਅਤੇ ਦੋਸਤੋ ਨਾਲ ਹੀ ਹੋਰ ਕਈ ਛੁਪੀਆਂ ਹੋਈਆਂ ਗੱਲਾਂ ਨੇ ਜੋ ਕਿ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਇਹਨਾਂ ਦੀ ਪੂਰੀ ਕਹਾਣੀ ਨੂੰ ਸਮਝਣ ਦੇ ਲਈ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ ਅਤੇ ਕਈ ਸਾਲ ਪਹਿਲਾਂ ਜਦੋਂ ਇਹਨਾਂ ਦੀ ਯਾਰੀ ਦੋਸਤੀ ਸੀ ਪਰ ਦੋਸਤੋ ਉਸ ਸਮੇਂ ਆਰਨੇਤ ਇੱਕ ਸਫਲ ਕਲਾਕਾਰ ਨਹੀਂ ਸੀ ਅਤੇ ਦੋਸਤੋ ਉਸ ਸਮੇਂ ਕਿਹਾ ਜਾਂਦਾ ਹੈ ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਕਿ ਆਰਨੇਤ ਦੇ ਜੋ ਇਹ ਸਾਰੇ ਯਾਰ ਦੋਸਤ ਸੀ ਇਹਨਾਂ ਨੇ ਆਰਨੇਤ ਦੀ ਉਸ ਸਮੇਂ ਕਈ ਤਰੀਕੇ ਦੇ ਨਾਲ ਬਹੁਤ ਮਦਦ ਕਰੀ ਅਤੇ ਦੋਸਤੋ ਚਾਹੇ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਕਿ ਆਰਨੇਤ ਦੇ ਮਾੜੇ ਦਿਨਾਂ ਦੇ ਵਿੱਚ ਪੈਸੇ ਟਕੇ ਦੇ ਨਾਲ ਵੀ ਮਦਦ ਕਰੀ ਅਤੇ ਦੋਸਤੋ ਹੋਰ ਵੀ ਕਈ ਤਰੀਕਿਆਂ ਦੇ ਨਾਲ ਆਰਨੇਤ ਨੂੰ ਇਹਨਾਂ ਦਾ ਸਾਥ ਮਿਲਿਆ ਅਤੇ ਦੋਸਤੋ ਉਸ ਤੋਂ ਬਾਅਦ ਹੌਲੀ ਹੌਲੀ ਆਰਨੇਤ ਇੱਕ ਸਫਲ ਕਲਾਕਾਰ ਬਣਿਆ ਅਤੇ ਦੋਸਤੋ ਇਹ ਜੋ ਆਰਨੇਤ ਦੇ ਯਾਰ ਦੋਸਤ ਸੀ ਇਹ ਵੀ ਆਰਨੇਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਅਤੇ ਦੋਸਤੋ ਕਿਹਾ ਜਾਂਦਾ ਹੈ ਕਿ ਨੇਤ ਰਾਮ ਤੋਂ ਜੋ ਆਰਨੇਤ ਬਣਿਆ ਇਹ ਨਾਮ ਵੀ ਇਹਨਾਂ ਸਾਰੇ ਯਾਰਾਂ ਦੋਸਤਾਂ ਨੇ ਹੀ ਇਕੱਠੇ ਬੈਠ ਕੇ ਤੈਅ ਕੀਤਾ ਸੀ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਸੇ ਨਾਮ ਨਾਲ ਐਂਟਰੀ ਮਾਰੀ ਜਾਵੇਗੀ ਅਤੇ ਦੋਸਤੋ ਕਿਹਾ ਜਾਂਦਾ ਹੈ ਕਿ ਬਾਕਾਇਦਾ ਇਹ ਫੈਸਲਾ ਖੇਤ ਮੋਟਰ ਦੇ ਉੱਪਰ ਬਹਿ ਕੇ ਇਹਨਾਂ ਸਾਰੇ ਹੀ ਯਾਰਾਂ ਦੋਸਤਾਂ ਨੇ ਲਿਆ ਸੀ ਅਤੇ ਦੋਸਤੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਇਹਨਾਂ ਦਾ ਲਿਆ ਗਿਆ ਇਹ ਫੈਸਲਾ ਕਿੰਨਾ ਲੱਕੀ ਸਾਬਤ ਹੋਇਆ ਅਤੇ ਆਰਨੇਤ ਦੇ ਨਾਮ ਨਾਲ ਆਰਨੇਤ ਨੇ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਦਿਲ ਜਿੱਤਿਆ ਅਤੇ ਦੋਸਤੋ ਅੱਜ ਕੱਲ੍ਹ ਆਰਨੇਤ ਦਾ ਨਾਮ ਚੋਟੀ ਦੇ ਕਲਾਕਾਰਾਂ ਵਿੱਚ ਲਿਆ ਜਾਂਦਾ ਹੈ ਅਤੇ ਦੋਸਤੋ ਆਰਨੇਤ ਦੇ ਔਖੇ ਸਮੇਂ ਦੇ ਵਿੱਚ ਖੜ੍ਹੇ ਉਹਨਾਂ ਦੇ ਯਾਰ ਦੋਸਤ ਅਤੇ ਆਰਨੇਤ ਦੇ ਵਿਚਕਾਰ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਅਤੇ ਦੋਸਤੋ ਆਰਨੇਤ ਨੇ ਕਈ ਗਾਣਿਆਂ ਦੀਆਂ ਸ਼ੂਟਿੰਗਾਂ ਦੇ ਵਿੱਚ ਕਈ ਗਾਣਿਆਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨੂੰ ਲਿਆ ਹੈ ਜਿਵੇਂ ਕਿ ਲੁਟੇਰਾ ਗਾਣੇ ਦੇ ਵਿੱਚ ਬਿੱਲੇ ਦਾ ਨਾਮ ਲਿਆ ਅਤੇ ਬਿੱਲੇ ਨੂੰ ਇਸ ਦੇ ਵਿੱਚ ਐਕਟ ਕਰਨ ਦਾ ਮੌਕਾ ਵੀ ਮਿਲਿਆ ਅਤੇ ਦੋਸਤੋ ਹੋਰ ਵੀ ਕਈ ਗਾਣਿਆਂ ਦੇ ਵਿੱਚ ਆਪਣੇ ਕਈ ਯਾਰਾਂ ਦੋਸਤਾਂ ਦੀ ਐਂਟਰੀ ਕਰਵਾਈ ਚਾਹੇ ਦੋਸਤੋ ਥੋੜ੍ਹੇ ਥੋੜ੍ਹੇ ਸੀਨ ਹੀ ਹੁੰਦੇ ਸੀ ਪਰ ਆਰਨੇਤ ਇਹ ਸਬੂਤ ਦਿੰਦਾ ਰਿਹਾ ਕਿ ਉਹ ਅੱਜ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ
खड़ा है। अते दोस्तों कई इंटरव्यूज़ जो अजकल सोशल मीडिया के उपर वायरल हो रहे हैं दोस्तों, इन्हां दे विच भी आरनेत नूं साफ साफ अपने यारां दोस्तां दा धन्नवाद करदे हुए देखा जा सकता है। पर दोस्तों कहा जाता है कि इस तो बाद ही इन्हों दे विच दरार पैन लगी। दोस्तों दरार पैन का असल कारण यह दसया जाता है, कहा जाता है कि आरनेत दे जिहड़े यार दोस्त सी उन्हां वल्लों आरनेत दे नाल इह गिला सी कि आरनेत जिवें जिवें स्टार बनता जा रहा सी उवें उवें उह अपने यारां दोस्तां दी कदर घट करन लग्या सी, अते इसे नूं लै के आरनेत दे यार दोस्त उस दे नाल गुस्से रहण लगे। पर दोस्तों इस चीज़ नूं अगर आपां दूसरी तरह देखिए दोस्तों, जदों एक बंदा स्टार बन जाता है अते दोस्तों उस दे रुझेवें भी उन्ने ही बढ़ जाते हैं, अते दोस्तों हो सकता है इसे करके आरनेत अपने यारां दोस्तां नूं थोड़ा समा घट दे पाउंदे होण। अते दोस्तों यह भी है जिवें कि आरनेत दे यारां दोस्तां दा गिला है कि आरनेत साढ़े तो पुछे बिना कई फैसले लैण लगा सी। इस दे विच दोस्तों इस तरह हुंदा है, हो सकता है आरनेत किसी कंपनी नाल जदों गाणा करदा है उहनां कंपनी दे कहने च रह के ही उस नूं फैसले मनणे पैंदे होण। अते दोस्तों एक गल यह भी सामने आई है कि आरनेत दे जिहड़े यार दोस्त हन उन्हां दा यह भी गिला है कि आरनेत अते इन्हां यारां दोस्तां दे विचकार एक होर कोई इंसान आ गया सी अते उसे करके ही इन्हां दे विच यह सारा पवाड़ पिया है। माफ करना दोस्तों, असीं उस बंदे दा नाम तां नहीं दस सकदे जिस बंदे करके यह सारा कुछ कहा जा रहा है कि उस करके होया है। पर दोस्तों इस तो अगे जो सब तो बड़ी दुश्मनी की वजह इन्हां दे विचकार बनी वो सी आरनेत दा गीत सक्सैस कौर, जिहड़ा कि तुसीं ने इस वीडियो दे स्टार्टिंग विच सुनिया है, जिस दे विच के आरनेत ने अपनी कलम दे नाल कुछ गर्म लफ्ज़ लिखे सी, जिवें कि जिहड़े कदे सोहणीए बरेटा भी नहीं टप्पे अज मेरियां रिलेशनां नूं यूज़ करदे। अते दोस्तों इहो जिहियां गल्लां करके ही इन्हां दे विचकार दुश्मनी होर गूढ़ी हुंदी चलेगी। अते दोस्तों कहा जांदा है कि जां तां लड़ाई नूं समां पैंदे ही सुलझा लवो, नहीं तां फिर लड़ाई लस्सी दी तरह वधदी ही चली जांदी है। अते दोस्तों इह लड़ाई भी इसे तरह वधदी चली गई। अते दोस्तों जिस तरह के आरनेत नूं सारे ही यारां दोस्तां ने कहा जांदा है कि स्टैंड कीता सी, उस तरह हुण इन्हां सारे यारां दोस्तां ने जो कि आरनेत तों वख होए ने, इन्हां ने एक फैसला लिया है कि हुण तरसेम नूं भी म्यूजिक इंडस्ट्री दे विच पक्के तौर ते खड़ा कीता जाएगा अते तरसेम नूं भी आरनेत दे बराबर एक स्टार बनाया जाएगा। वैसे तां दोस्तों इह सारा कुछ परमात्मा दे हत्थ हुंदा है कि परमात्मा ने किस नूं सक्सैस देनी है किस नूं नहीं, पर दोस्तों इन्हां यारां दोस्तां दे वल्लों जोर बहुत लगाया जा रहा है कि तरसेम नूं स्टैंड कीता जावे। अते दोस्तों सब तो वड्डी गल जो सामने आई है दोस्तों उह इह है कि पंजाब दीआं जो मशहूर हस्तियां हन, चाहे फिल्मी दुनिया दीआं होण जां फिर राजनीतिक होण जां फिर दोस्तों कोई खिडारी होण, दोस्तों उह सारे ही तरसेम नूं फुल सपोर्ट कर रहे हन। दोस्तों जिवें कि गोलू चीमा दोस्तों सनाम एरिया दे विच इक जाणिया पहचाणिया चेहरा है अते दोस्तों गोलू चीमा दा खासा प्रभाव है। दोस्तों गोलू चीमा ने भी प्रमोट कीता है तरसेम दा गीत, अते दोस्तों उहनां तों अलावा कलवीर नरुआणा अते दोस्तों होर भी कई मशहूर हस्तियां हन जिन्हां ने कि तरसेम नूं सपोर्ट कीती है। दोस्तों उम्मीद करते हैं कि थोड़ी बहुत ही गल समझ गए होवोंगे। दोस्तों जिन्नी कि साडे कोल खबर आई सी उह दसण की कोशिश करिए कि आखिर इन्हां दे विचकार यह सब कुछ चल रहा है। अते दोस्तों हुण देखना होगा कि आरनेत की कोई नवा रिप्लाई तरसेम नूं करदे हन अते दोस्तों हुण इह कॉन्ट्रोवर्सी कित्थे जाके खत्म हुंदी है। अते दोस्तों उम्मीद तां इही करांगे कि इह इक्को पिंड दे रहण वाले हन अते दोस्तों इन्हां दी दुश्मनी ज़्यादा ना वधे, नहीं तां दोस्तों कई वारी अजिहियां गल्लां बहुत दूर जाके खड़दियां हन। तां दोस्तों उम्मीद करदे हां कि जल्द ही इन्हां दे विच सारा कुछ ठीक हो जाएगा। तो जिथे कि आरनेत दी सफलता दी दुआ मंगदे हां कि उह हमेशा ही म्यूजिक इंडस्ट्री ते राज करदे रहण, उत्थे ही दोस्तों तरसेम लई भी यही दुआ है कि तरसेम अपने नवे गीत नाल स्रोतियां दे दिल जितने दे विच कामयाब होण। धन्नवाद दोस्तों, रब रखा, जल्द मिलांगे होर एक नवी वीडियो नाल।